सरपंच जोगिंदर सिंह पिंड कालड़ू नाल गलबात हुई जिथे कि उन्हां विरोधियों वालों फैलाईयां जा रही अफवाहों नूं झूठ दसदे हुए कहा है कि साढ़े पिंड विच सीवरेज पै चुक्या है ते शमशान घाट भी पक्का हो चुक्या है। छप्पड़ दे पए अधूरे काम बारे पुछण ते उन्हां कहा है कि ग्रांट ना आउण कारण काम बंद पिया है। जदों ग्रांट आई तां पहल दे आधार ते काम शुरू कर दिते जाणगे। उत्थे मौजूद साबका सरपंच हजूर सिंह ने कहा है कि पिंड दा काम 80% हो चुक्या है ते जो रहिंदा है जल्दी पूरा किया जाएगा। पेश है कपूरथला तो क्राइम रिपोर्ट प्रभाकर दी, कैमरामैन मदन लाल दे। ਅਜਾਦ ਨਿਊਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਪ੍ਰਭਾਕਰ ਅੱਜ ਕਪੂਰਥਲੇ ਕਲਰੂ ਪਿੰਡ ਵਿੱਚ ਆਇਆ ਜਿੱਥੇ ਦੇ ਸਰਪੰਚ ਜਿਨ੍ਹਾਂ ਦੇ ਸਰਪੰਚ ਬਾਰੇ ਲੋਕਾਂ ਨੇ ਕਾਫੀ ਝੂਠੀਆਂ ਅਫਵਾਹਾਂ ਉੜੀਆਂ ਤੇ ਚੈਨਲ ਤੇ ਲਗਾਤਾਰ ਕੰਪਲੇਂਟਾਂ ਪੰਦ ਰਹੇ ਆ ਤੇ ਇੱਥੇ ਆ ਕੇ ਮੁਆਵਜ਼ਾ ਕੀਤਾ ਤੇ ਲੋਕੀ ਸਰਪੰਚ ਸਾਹਿਬ ਨੂੰ ਰੱਬ ਕਹਿੰਦੇ ਨੇ। ਆਓ ਸਰਪੰਚ ਸਾਹਿਬ ਨਾਲ ਤੇ ਲੋਕਾਂ ਨਾਲ ਗੱਲਬਾਤ ਕਰੀਏ ਕਿ ਪਿੰਡ ਦੇ ਵਿਕਾਸ ਵਾਸਤੇ ਇਹਨਾਂ ਨੇ ਕੀ ਕੁਛ ਕੀਤਾ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਕੀ ਨਾਂ ਜੀ ਤੁਹਾਡਾ? ਜਗਿੰਦਰ ਸਿੰਘ। ਸਰਪੰਚ ਸਾਹਿਬ ਪਹਿਲਾਂ ਦੱਸੋ ਕਿ ਜਿਹੜੇ ਲੋਕੀ ਕੰਪਲੇਂਟਾਂ ਕਰੇ ਉਹਦਾ ਕੀ ਕਾਰਨ ਹੈ ਜੀ? ਇਹ ਵੇਖ ਲਓ ਝੂਠ ਮਾਰਦੇ ਲੋਕ ਸਾਰੇ। ਅਸੀਂ ਪਿੰਡ ਦਾ ਵਿਕਾਸ ਇੰਨਾ ਕਰਾਇਆ ਵਾ, ਸੀਵਰੇਜ ਪਾ ਤਾ, ਗਲੀਆਂ ਸਾਰੀਆਂ ਬਣਾ ਤੀਆਂ। ਦੋ ਗਲੀਆਂ ਰਹਿੰਦੀਆਂ ਪਿੰਡ ਦੇ ਵਿੱਚ ਬਣਾ ਲਈਆਂ ਮੇਨ ਦੇ, ਪਰ ਦੋ ਰਹਿ ਗਈਆਂ। ਬਾਕੀ ਸੀਵਰੇਜ ਸਾਰੇ ਪਿੰਡ 'ਚ ਪਾ ਤਾ, ਗਲੀਆਂ ਵੀ ਸਾਰੇ ਪਿੰਡ ਦੀਆਂ ਬਣਾ ਤੀਆਂ, ਸ਼ਮਸ਼ਾਨ ਘਾਟ ਬਣਾ ਤਾ। ਹੋਰ ਦੱਸੋ ਕੀ ਕਰਨ ਵਾਲਾ ਰਹਿ ਗਿਆ? ਜਿਹੜੇ ਬਾਰੇ ਮੁੱਟੀ ਛੱਪੜ ਦੀ ਕਮੀ, ਇਹਦੇ ਬਾਰੇ ਕੀ ਕਰਨਾ? ਛੱਪੜ ਦਾ ਸਾਨੂੰ ਕੋਈ ਪੈਸਾ ਨਹੀਂ ਦਿਆ ਜਾ ਆਇਆ। ਹਾਂਜੀ, ਕੋਈ ਗ੍ਰਾਂਟ ਵਗੈਰਾ ਨਹੀਂ? ਨਹੀਂ, ਅਜੇ ਗ੍ਰਾਂਟ ਸਾਨੂੰ ਕੋਈ ਨਹੀਂ ਆਈ ਛੱਪੜ ਦੀ। ਤੇ ਜੇ ਲੋਕਾਂ ਨੂੰ ਕੋਈ ਕੰਮ ਵਗੈਰਾ ਪੈਂਦਾ ਤੁਸੀਂ ਕਿੱਦਾਂ ਕਰਦੇ? ਅਸੀਂ ਸਾਰੀ ਸਾਰੀ ਦਿਹਾੜੀ ਲਾਈ ਦੀ ਹੈ ਲੋਕਾਂ ਨੇ, ਜਦੋਂ ਜਾ ਕੇ ਜਦੋਂ ਵੀ ਕਿਸੇ ਦਾ ਕੰਮ ਹੁੰਦਾ ਨਾ, ਸਾਰੀ ਸਾਰੀ ਦਿਹਾੜੀ ਸ਼ਹਿਰ ਲਾ ਕੇ ਆਉਂਦੇ ਹਾਂ। ਕਦੇ ਕਿਸੇ ਕੋਲ ਤੇਲ ਨਹੀਂ ਪਵਾਇਆ, ਕਦੇ ਕਿਸੇ ਕੋਲ ਚਾਹ ਨਹੀਂ ਪੀਤੀ। ਤੇ ਜਿਹੜਾ ਮਾੜਾ ਮੋਟਾ ਕੰਮ ਪੈਂਡਿੰਗ ਰਹਿ ਗਿਆ ਵਾ, ਉਹ ਕਿਹਦੇ ਪੂਰਾ ਹੋ ਜਾਵੇ? ਉਹ ਜੀ ਸਾਨੂੰ ਹੁਣ ਅਸੀਂ ਲਿਖ ਕੇ ਦਿੱਤਾ ਹੋਇਆ ਵਾ, ਸੈਕਟਰੀ ਸਾਹਿਬ ਆਏ। ਮਤਾ ਵਗੈਰਾ ਪਾਸ ਹੋ ਗਿਆ? ਹਾਂਜੀ, ਮਤਾ ਪਾਸ ਹੋ ਗਿਆ। ਹਾਂਜੀ, ਇਹ ਕਿਦੋਂ ਤੱਕ ਹੋ ਸਕਦਾ? ਜੇ ਮੰਨ ਲਓ ਗ੍ਰਾਂਟ ਤੁਹਾਨੂੰ ਅੱਜ ਆ ਜਾਏ, ਕਿਦੋਂ ਤੱਕ ਹੋ ਸਕਦਾ? ਅਸੀਂ ਉਹ ਕੰਮ ਸ਼ੁਰੂ ਕਰ ਦੇਣਾ ਉਸੇ ਵੇਲੇ। ਠੀਕ ਹੈ। ਸ਼ਿਕਾਇਤ ਕਰਤੀ ਸੀ? ਸ਼ਿਕਾਇਤ ਕਰਤੀ ਸੀ ਅਫਸਰ, ਕੰਮ ਨਹੀਂ ਕਰ ਰਿਹਾ। ਕਹਿੰਦੇ ਤੁਹਾਡੇ ਪਿੰਡ ਸ਼ਿਕਾਇਤ ਹੁੰਦੀ, ਸ਼ਿਕਾਇਤਾਂ ਹੁੰਦੀਆਂ ਤੇ ਜੇ ਕੰਮ ਕੀਤਾ ਤੇ ਬਾਅਦ ਵਿੱਚ ਮੁੜ ਕੇ ਕਹਿਣਗੇ ਥੋੜਾ ਬਹੁਤਾ 19 ਅਫਸਰਾਂ ਨੂੰ ਕਰਨਾ ਪੈਂਦਾ। ਜਿੱਦਾਂ ਹੁਣ ਰੇਤੋ ਦੇਖੋ ਕਿੰਨੀ ਮਹਿੰਗੀ ਆ, ਉਹ ਰੇਤੋ ਜੇ ਜ਼ਿਆਦਾ ਥੋੜੀ ਪਾ ਲਈ ਉਹਨਾਂ ਨੇ, ਪੇਮੈਂਟ ਪਾਉਣੇ ਪੈਂਦੇ ਆ, ਥੋੜਾ ਬਹੁਤਾ ਕਰਨਾ ਪੈਂਦਾ। ਅੱਗਾ ਪਿਛਾ ਅਫਸਰਾਂ ਨੂੰ ਸਾਰਿਆਂ ਨੂੰ ਪਤਾ ਜੀ, ਤਕਰੀਬਨ ਤੁਹਾਨੂੰ ਵੀ ਪਤਾ, ਤੇ ਉਹ ਇਸ ਕਰਕੇ ਇਹਨਾਂ ਨੇ ਹਰ ਵਾਰੀ ਸ਼ਿਕਾਇਤ ਕਰਦੇ ਆ। ਹੁਣ ਗਲੀਆਂ ਬਣੀਆਂ, ਪਰਸੋਂ ਚੌਥ ਫੇਰ ਸ਼ਿਕਾਇਤ ਕਰਤੀ। ਇੱਕ ਗਲੀ ਬਣੀ ਨੂੰ ਉਧਰਲੇ ਬੰਨੇ ਪਰਲੇ ਬੰਨੇ ਮੇਨ ਗਲੀ ਆ ਪਿੰਡ ਦੇ ਵਿੱਚ, ਉਹ ਜਿਉਂ ਹੀ ਜਾਵੇ ਉਹਦੀ ਗਲੀ ਚੱਲਦੀ ਹੈ। ਉਹ ਬੰਦਾ ਸ਼ਿਕਾਰਪੁਰ ਦਾ, ਉਹਦੇ ਕੋਲ ਲਿਆ ਕੇ ਇਹਨਾਂ ਦਰਖਾਸਤ ਦਿੱਤੀ, ਇੱਥੋਂ ਉਹਦੀ ਦਰਖਾਸਤ ਖਾਰਜ ਹੋ ਗਈ। ਹੁਣ ਚੰਡੀਗੜ੍ਹ, ਉੱਥੇ ਸੀਵਰੇਜ ਪਿਆ, ਹੁਣ ਚੰਡੀਗੜ੍ਹ ਕਰਵਾਤਾ ਉਹਦੇ ਕੋਲ ਕੰਮ, ਮਤਲਬ ਕਿ ਹੋਣ ਨਹੀਂ ਦੇਣਾ। ਇਹ ਕਹਿੰਦੇ ਪਿੰਡ ਦਾ ਕੰਮ ਹੋ ਕਿਉਂ ਗਿਆ? ਯਾਨੀ ਕਿ ਸਰਪੰਚ ਸਾਹਿਬ ਪੂਰੀ ਲਗਨ ਨਾਲ ਕੰਮ ਕਰਦੇ, ਪੂਰੇ ਲਗਨ ਨਾਲ ਸਰਪੰਚ ਸਾਹਿਬ ਕੰਮ ਕਰਦੇ ਆ। ਇਹ ਸਗੋਂ ਅਸੀਂ ਬੜੇ ਧੱਕੇ ਨਾਲ ਬਣਾਇਆ, ਇਹ ਗੁੱਸੇ ਹੁੰਦਾ ਸਾਨੂੰ, ਉਹਨੇ ਕਿਹਾ ਤੁਸੀਂ ਮੈਨੂੰ ਜੱਬ ਚ ਪਾਤਾ, ਕਹਿੰਦਾ ਮੈਂ ਰੋਜ਼ ਕਈ ਤਰੀਕਾਂ ਤੇ ਕਰੀ। ਤੁਸੀਂ ਕੀ ਕਹਿਣਾ ਚਾਹੁੰਦੇ? ਜੋ ਪਿੰਡੀ ਡਿਵੈਲਪਮੈਂਟ ਹੈ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਹੋ ਰਹੀ ਆ, ਪਰ ਸਰਪੰਚ ਬਹੁਤ ਸੁਲਝੇ ਬੰਦੇ, ਇਨਸਾਨ ਬਣਾਏ ਸਰਪੰਚ, ਇਹਨਾਂ ਨੇ ਕੋਈ ਵੀ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ। ਜਿਹੜੀਆਂ ਕਿ ਸਾਡੇ ਤੋਂ ਜਨਮ ਤੋਂ ਪਹਿਲਾਂ ਹੀ ਗਲੀਆਂ ਕੱਚੀਆਂ ਨੇ, ਉਹ ਅਸੀਂ ਵਿੱਚ ਪਾਤਾ, ਟਾਈਲਾਂ ਇੱਟਾਂ ਲਾਤੀਆਂ, ਔਰ ਸਾਡਾ ਜਿਹੜਾ ਪਿੰਡ ਸਵਰਗ ਬਣਾਤਾ। ਮੇਰਾ ਨਾਮ ਕੈਮਰਾਮੈਨ ਮਦਨ ਲਾਲ ਕਪੂਰਥਲਾ।